ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਅੱਜ ਤੋਂ ਮੈਂ ਅਕਾਊਂਟਿੰਗ ਨੂੰ ਪੰਜਾਬੀ ਵਿੱਚ ਸਿਖਾਉਣ ਦੇ ਲਈ ਯਤਨ ਸ਼ੂਕਿੱਤਾ ਹੈ ਪੰਜਾਬੀ ਇੱਕ ਅਜੀਬ ਭਾਸ਼ਾ ਹੈ ਜੋ ਪੂਰੀ ਦੁਨੀਆ ਵਿੱਚ 120 ਮਿਲੀਅਨ ਲੋਕ ਜਿਸ ਨੂੰ ਬੋਲਦੇ ਹਨ ਲਿਖਦੇ ਹਨ ਤੇ ਸਮਝਦੇ ਹਨ ਇਸ ਲਈ ਅਕਾਊਂਟਿੰਗ ਨੂੰ ਪੰਜਾਬੀ ਵਿੱਚ ਵੀ ਸਿਖਾਉਣਾ ਬਹੁਤ ਜ਼ਰੂਰੀ ਹੈ ਪੰਜਾਬੀ ਵਿੱਚ ਅਕਾਊਂਟਿੰਗ ਨੂੰ ਲੇਖਾ ਸ਼ਾਸਤਰ ਕਿਹਾ ਜਾਂਦਾ ਹੈ ਜਿਵੇਂ ਅર્થ ਸ਼ਾਸਤਰ ਹੁੰਦਾ ਹੈ ਉਸੇ ਤਰ੍ਹਾਂ ਲੇਖਾ ਦਾ ਵੀ ਇੱਕ శాਸਤਰ ਹੁੰਦਾ ਹੈ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਲੇਖਾ ਸ਼ਾਸਤਰ ਕੀ ਹੁੰਦਾ ਹੈ ਪਿਆਰੇ ਦੋਸਤੋ ਲੇਖਾ ਸ਼ਾਸਤਰ ਇੱਕ ਵਿਗਿਆਨ ਹੈ ਜਿਸ ਦੀ ਮਦਦ ਨਾਲ ਅਸੀਂ ਖਾਤੇ ਬੰਨਦੇ ਹਾਂ ਰੋਜ ਨਾਮ ਚੰ ਬੰਨਦੇ ਹਾਂ ਤੇ ਆਪਣੇ ਵਪਾਰ ਦੀ ਹਰ ਲੈਂਡਿੰਗ ਨੂੰ ਇਸ ਵਿੱਚ ਲਿਖਣ ਦਾ ਯਤਨ ਕਰਦੇ ਹਾਂ ਪਰ ਇਸ ਦੀਆਂ ਕੁਝ ਮੰਤਾਵਾਂ ਹੁੰਦੀਆਂ ਹਨ ਕੁਝ ਸਿਧਾਂਤ ਹੁੰਦੇ ਹਨ ਕੁਝ ਨਿਯਮ ਹੁੰਦੇ ਹਨ ਕਿਉਂਕਿ ਨਿਯਮਾਂ ਦੇ ਨਾਲ ਕੋਈ ਵੀ ਕੰਮ ਕੀਤਾ ਜਾਏ ਉਹ ਬਹੁਤ ਹੀ ਵਧੀਆ ਹੁੰਦਾ ਹੈ ਇਸੇ ਤਰ੍ਹਾਂ ਇਹ ਜੋ ਅਕਾਊਂਟਿੰਗ ਹੈ ਜਾਂ ਲੇਖਾ ਸ਼ਾਸਤਰ ਹੈ ਇਸ ਦੇ ਵਿੱਚ ਵੀ ਕੁਝ ਨਿਯਮਾਂ ਨੂੰ ਅਪਣਾ ਕੇ ਆਪਾਂ ਇਹ ਦੇਖਣ ਦਾ ਯਤਨ ਕਰਦੇ ਹਾਂ ਕਿ ਕਿਸੇ ਵਪਾਰ ਦੇ ਵਿੱਚੋਂ ਸਾਨੂੰ ਲਾਭ ਹੋਇਆ ਕਿ ਹਾਨੀ ਹੋਈ ਜੇਕਰ ਹਾਨੀ ਹੋਈ ਹੈ ਤਾਂ ਉਸ ਵਪਾਰ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਜੇਕਰ ਲਾਭ ਹੋਇਆ ਹੈ ਤਾਂ ਉਸ ਵਪਾਰ ਨੂੰ ਹੋਰ ਅੱਗੇ ਹੋਰ ਅੱਗੇ ਵਧਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਲੇਖਾ ਸ਼ਾਸਤਰ ਸਾਨੂੰ ਇਹ ਵੀ ਦੱਸਦਾ ਹੈ ਕੀ ਸਾਡੀ ਵਿੱਤੀ ਸਥਿਤੀ ਕੀ ਹੈ ਕੀ ਸਾਡੀਆਂ ਸੰਪਤੀਆਂ ਸਾਡੀਆਂ ਦੇਣਦਾਰੀਆਂ ਤੋਂ ਵੱਧ ਹਨ ਉਹਨਾਂ ਦਾ ਮੁੱਲ ਕੀ ਹੈ ਤੇ ਸਾਡੀ ਲਗਾਈ ਪੂੰਜੀ ਕਿੰਨੀ ਹੈ ਇਸ ਬਾਰੇ ਜਿੰਨੀ ਵੀ ਜਾਣਕਾਰੀ ਹੁੰਦੀ ਹੈ ਉਹ ਸਾਨੂੰ ਇਸ लेखा शास्त्र शास्त्र ਤੋਂ ਪ੍ਰਾਪਤ ਹੋ ਜਾਂਦੀ ਹੈ ਤੇ ਇਹ ਜੋ लेखा शास्त्र ਹੈ ਇਹ ਕੁਝ ਸਿਧਾਂਤਾਂ ਦੇ ਆਧਾਰ ਤੇ ਚੱਲਦਾ ਹੈ ਇਸ ਨੂੰ ਦੋਹਰੀ ਲੇਖਾ ਪ੍ਰਣਾਲੀ ਜਾਂ ਦੋਹਰੀ ਲੇਖਾ ਸਿਧਾਂਤ ਵੀ ਕਿਹਾ ਜਾਂਦਾ ਹੈ ਇਸ ਦੇ ਅਨੁਸਾਰ ਹਰੇਕ ਜੋ ਵਪਾਰ ਵਿੱਚ ਲੈਣ-ਦੇਣ ਵਾਪਰਦਾ ਹੈ ਉਸ ਦੇ ਦੋ ਪੱਖ ਹੁੰਦੇ ਹਨ